दोस्तों इस वक्त असी सारे किसान मोर्चे ते कुंडली बॉर्डर बैठे हैं। मेरे पिछे झंडा दिस रहा तुहानू किसान यूनियन दा। अज सारे राजनीतिक पार्टियां दे जिन्ने आगू बीजेपी नू छड्ड के जिन्ने एमएलए जिन्ने मैंबर पार्लियामेंट अज इस झंडे थले कट्ठे होने की लोड़ है। जे आपां सारे इत्थे कट्ठे हो जाइए ना एक थले ते आपणा एका बन जाए, कोई ताकत नहीं दुनिया की जिहड़ी इस संघर्ष नू ते साडियां मंगां नू प्रवान ना करे। और इन्हां ने तो मुढ बन दिता इस झंडे ने ते किसान जथेबंदियां ने ते नौजवानां ने मुढ बन दिता पंजाब दे इस एक वड्डे एके दा। तुसीं देखो पंजाब चो सर्दी दी रुत्त विच पानी दी बुछाड़ां वड्डे वड्डे बैरीकेड वड्डे वड्डे पत्थर लाए सीगे, टेयर गैस सुट्टे ते बहादुर पंजाबी जिहड़े सी किसान ते नौजवान ते हर वर्ग दे लोक ओह इत्थे बैठे ने आण। और जदों पॉलिटिकल पार्टियां अलग झंडा अपना ला के तुसी प्रोग्राम करदे हो तां इस झंडे नूं कमजोर कर रहे आपां। जे इह झंडा ही ना रहा जिदा बैठे सारे किसानां नाल सी, एक पंचायत लाई आ जिथे मैं तुहाडे नाल सब नाल गल कराऊंगा, ते इह कहिंदे जे किसानी ना बची ते पंजाब बच जूगा, क्योंकि पंजाब दी कुल टोटल इकोनमी पंजाब दी खेती दे आधारित आ। जे खेती बचूगी तां असीं बचा, जदों दी खेती डाउन जा रही है पिछले कुछ दहाकियां तों ਸਾਡੇ ਲੱਖਾਂ ਲੋਕ ਦੇਸ਼ ਹੀ ਛੱਡ ਕੇ ਭੱਜ ਗਏ ਨੇ ਕਿਉਂਕਿ ਭਵਿੱਖ ਨਹੀਂ ਦਿਸਦਾ ਉਹਨਾਂ ਨੂੰ। ਸਾਡੇ ਮੇਰਾ ਖਿਆਲ ਹੈ ਬਹੁਤ ਵੱਡੀ ਗਿਣਤੀ ਵਿੱਚ ਪੜ੍ਹਿਆ ਲਿਖਿਆ ਨੌਜਵਾਨ ਵਰਗ ਜਿਸਨੇ ਸੂਬੇ ਨੂੰ ਚਲਾਉਣਾ ਸੀ, ਜਿਹਨੂੰ ਆਪਾਂ ਹਿਊਮਨ ਰਿਸੋਰਸ ਕਹਿੰਦੇ ਹਾਂ, ਉਹ ਵਿਦੇਸ਼ਾਂ ਨੂੰ ਭੱਜ ਕੇ ਜਾਣ ਲੱਗੇ। ਨਾਲ ਹਰ ਬੱਚਾ 20-25 ਲੱਖ ਰੁਪਇਆ ਲੈ ਕੇ ਗਿਆ, ਪਤਾ ਨਹੀਂ ਕਿੰਨੇ ਲੱਖ ਕਰੋੜ ਰੁਪਇਆ ਪੰਜਾਬ ਦਾ ਉੱਦਾਂ ਹੀ ਨਿਕਲ ਗਿਆ ਇੱਥੋਂ ਬਾਹਰ। ਇਹ ਇਸ ਨੂੰ ਕਹਿੰਦੇ ਨੇ ਪੰਜਾਬ ਦਾ ਜਾਂ ਕਿਸੇ ਸੂਬੇ ਦਾ ਜਦੋਂ ਕਾਣ ਹੋਣਾ ਹੁੰਦਾ ਇੱਦਾਂ ਹੀ ਕਾਣ ਹੁੰਦਾ ਵਾ। ਇਸ ਲਈ ਇਹਦੀ ਲੜਾਈ ਲੜ ਰਹੇ ਜਿਹੜੇ ਨੇ ਕਿਸਾਨ ਜਥੇਬੰਦੀਆਂ, ਅਸੀਂ ਤਾਂ ਆ ਜਿੰਨੇ ਵੀ ਅਸੀਂ ਸਤਿਕਾਰਯੋਗ ਐਮਐਲਏ ਸਾਹਿਬ ਬੈਠੇ ਨੇ, ਅਸੀਂ ਤਾਂ ਇਹਨਾਂ ਦੇ ਵਿੱਚ ਆਣ ਕੇ ਇਹਨਾਂ ਦੀ ਮਦਈ ਪਹਿਲਾਂ ਵੀ ਸੀਗੇ, ਗਾਂ ਵੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਠੋਕ ਵਜਾ ਕੇ ਰਵਾਂਗੇ। ਮੋਦੀ ਨੂੰ ਇਹੀ ਕਹਿ ਸਕਦੇ ਆ, ਕਿਸਾਨ ਯੂਨੀਅਨ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਮੁਰਦਾਬਾਦ। ਮੋਦੀ ਦੀ ਸਰਕਾਰ ਨੂੰ ਸਿਰਫ ਇਹ ਕਹਿਣਾ ਚਾਹੁੰਦੇ ਆ ਕਿ ਹੱਕੀ ਮੰਗਾ, ਇਹ ਕੋਈ ਅਹਿਸਾਨ ਨਹੀਂ ਮੰਗ ਰਹੇ ਇਸ ਦੇਸ਼ ਤੋਂ। ਇਹ ਜੋ ਦੇਸ਼ ਵਿੱਚ ਯੋਗਦਾਨ ਪਾਇਆ, ਚਾਹੇ ਉਹ ਅਨਾਜ ਵਿੱਚ ਪਾਇਆ, ਚਾਹੇ ਖੇਡਾਂ ਚ ਪਾਇਆ, ਚਾਹੇ ਫੌਜ ਵਿੱਚ ਪਾਇਆ, ਚਾਹੇ ਆਜ਼ਾਦੀ ਦੀ ਲੜਾਈ ਵਿੱਚ ਪਾਇਆ, ਚਾਹੇ ਪਾਕਿਸਤਾਨ ਦੇ ਉਜਾੜੇ ਤੇ ਪਾਇਆ, ਅਸੀਂ ਤਾਂ ਉਹਦਾ ਇਵਜ਼ ਮੰਗਦੇ ਹਾਂ, ਆਪਣੀ ਫਸਲਾਂ ਦਾ ਭਾਅ ਮੰਗਦੇ ਹਾਂ। ਸਾਡੀਆਂ ਫਸਲਾਂ ਦੇ ਭਾਅ ਪਿਛਲੇ 40-50 ਸਾਲ ਤੋਂ ਜਿੰਨੇ ਮਿੱਥਣੇ ਚਾਹੀਦੇ ਸੀਗੇ ਉਹ ਮਿੱਥੇ ਨਹੀਂ ਗਏ, ਤਾਂ ਅੱਜ ਪੰਜਾਬ ਦਾ ਕਿਸਾਨ 1 ਲੱਖ ਕਰੋੜ ਦਾ ਕਰਜ਼ੇ ਹੀ ਆਤਮਹੱਤਿਆ, ਕਿਸ ਦਾ ਦਿਲ ਕਰਦਾ ਆਤਮਹੱਤਿਆ ਕਰਨ ਨੂੰ। ਔਰ ਟੀਵੀ ਚੈਨਲ ਇੱਕ ਐਕਟਰ ਸੁਸ਼ਾਂਤ ਰਾਜਪੂਤ ਨੇ ਆਤਮਹੱਤਿਆ ਕੀਤੀ, ਚਲੋ ਸਾਡੀ ਹਮਦਰਦੀ ਆ ਕਿ ਇੱਕ ਨੌਜਵਾਨ ਸੀਗਾ, ਸਾਰੇ ਦੇਸ਼ ਦਾ ਟੀਵੀ ਚੈਨਲ ਨੇ ਸਿਰਫ 2-3 ਮਹੀਨੇ ਸੁਸ਼ਾਂਤ ਰਾਜਪੂਤ ਦੇ ਉੱਤੇ ਨਿਗਾਹ ਰੱਖੀ ਆ, ਤੇ ਪੰਜਾਬ ਦਾ ਹਜ਼ਾਰਾਂ ਕਿਸਾਨ ਆਤਮਹੱਤਿਆ ਕਰਕੇ, ਕਿਸੇ ਟੈਲੀਵਿਜ਼ਨ ਚੈਨਲ ਨੇ ਇਹ ਨਹੀਂ ਸੋਚਿਆ ਕਿ ਉਹਨਾਂ ਦੇ ਘਰ ਵਿੱਚ ਜਾ ਕੇ ਕੋਈ ਉਪਰਾਲਾ ਕਰੀਏ ਕਿ ਹਾਂ ਲੱਭੀਏ ਕਿ ਇਹਨਾਂ ਦਾ ਇਹ ਕਾਰਨ ਕੀ ਆ ਕਿ ਆਤਮਹੱਤਿਆ ਤੇ ਕਿਉਂ ਉਤਰੇ ਹੋਏ ਨੇ। ਕਿਸੇ ਟੀਵੀ ਚੈਨਲ ਨੇ ਅੱਜ ਵੀ ਸੰਘਰਸ਼ ਏਡਾ ਵੱਡਾ ਵਾ ਕਿ ਟੀਵੀ ਚੈਨਲ ਆ ਛੋਟੀਆਂ ਛੋਟੀਆਂ ਊਲ ਜਲੂਲ ਖਬਰਾਂ ਦਿਖਾ ਰਹੇ ਨੇ, ਜਿਹੜੇ ਨੈਸ਼ਨਲ ਮੀਡੀਆ ਵਾ, ਮਤਲਬ ਕਿ ਕਿਸੇ ਇੱਕ ਬੰਦੇ ਨੇ ਉੱਠ ਕੇ ਕਿਸਾਨ ਸੰਘਰਸ਼ ਤੋਂ ਅੱਕੇ ਥੱਕੇ ਨੇ ਕਹਿਤਾ ਕਿ ਅਸੀਂ ਆਹ ਹਸ਼ਰ ਕਰਾਂਗੇ ਮੋਦੀ ਦਾ, ਉਹਨਾਂ ਨੇ ਇੱਕ ਬੰਦੇ ਦੀ ਖਬਰ ਚੱਕ ਲਈ। ਤਾਂ ਐਡਾ ਵੱਡਾ ਸੰਘਰਸ਼ ਜਿਹੜਾ ਮੇਰੇ ਖਿਆਲ 35-40 ਕਿਲੋਮੀਟਰ ਦੂਰ ਤੱਕ ਬਲੋਕੇਡ ਹੈ, ਟਰਾਲੀਆਂ ਹੀ ਟਰਾਲੀਆਂ ਖੜੀਆਂ ਨੇ, ਉਹ ਤਾਂ ਮੋਰਚਾ ਤਾਂ ਮੂਹਰੇ ਦਿਸ ਰਿਹਾ ਨਾ ਤੁਹਾਨੂੰ, ਬਾਕੀ ਲੱਖਾਂ ਦੀ ਤਾਦਾਦ ਵਿੱਚ ਜਿਹੜੇ ਲੋਕ ਨੇ ਉਹ ਪਿੱਛੇ ਬਹੁਤ ਦੂਰ ਤੱਕ ਬੈਠੇ ਨੇ, ਉਹ ਕਿਸੇ ਮੀਡੀਆ ਨੇ ਨਹੀਂ ਦਿਖਾਇਆ ਅੱਜ ਤੱਕ। ਕਿਸਾਨਾਂ ਦੀ ਕੋਈ ਜਿਹੜੀਆਂ ਹੱਕੀ ਗੱਲਾਂ ਨੇ ਉਹ ਕੋਈ ਅੱਜ ਤੱਕ ਨਹੀਂ ਦਿਖਾਈਆਂ। ਸੋ ਮੈਂ ਜ਼ਿਆਦਾ ਲੰਬਾ ਨਾ ਜਾਂਦਾ ਹੋਇਆ, ਥੋੜਾ ਥੋੜਾ ਸਮਾਂ ਮੈਂ ਚਾਹੂੰਗਾ ਕਿ ਜਿਹੜੇ ਇੱਥੇ ਬੈਠੇ ਨੇ, ਜਿਹੜੇ ਪਿਛਲੇ ਕਈ ਦਿਨਾਂ ਤੋਂ ਸਾਰੇ ਬੈਰੀਅਰ ਬੂਰੀਅਰ ਤੋੜ ਕੇ ਤੇ ਮੋਦੀ ਦੀ ਹੈਂਕੜ ਤੇ ਆਕੜ ਭੰਨ ਕੇ ਇੱਥੇ ਬੈਠੇ ਨੇ, ਉਹ ਆਪਣੇ 2-2 ਮਿੰਟ ਜ਼ਰੂਰ ਗੱਲਾਂ ਕਹਿਣਗੇ। ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਹੀ ਕਰ ਦਿੰਦਾ ਵਾਂ ਜਸਵੀਰ ਸਿੰਘ ਜੀ, ਜਿਹੜੇ ਕਿ ਅਗਵਾਈ ਕਰਦੇ ਨੇ, ਮੈਂ ਉੱਥੇ ਵੀ ਆਉਣਾ। ਇਹਨਾਂ ਨੇ ਅਸੀਂ ਇਹਨਾਂ ਦੇ ਕੋਲ ਬੈਠੇ ਹਾਂ, ਜਿਹੜਾ ਇੱਥੇ ਜਿੱਥੇ ਬੈਠੇ ਹਾਂ ਅਸੀਂ, ਇਹ ਜ਼ਿਆਦਾ ਮਜਮੂਈ ਤੌਰ ਤੇ ਪਰ ਭਾਰਤੀ ਕਿਸਾਨ ਯੂਨੀਅਨ ਕਪੂਰਥਲੇ ਦਾ ਮੋਰਚਾ ਵਾ, ਉਹਦੇ ਵਿੱਚ ਸਾਡੇ ਹਲਕਾ ਭਲੱਤ ਦੇ ਤੇ ਬਹੁਤ ਸਾਰੇ ਨੌਜਵਾਨ ਆਪਣੇ ਘਰਾਂ ਦੇ ਕੰਮ ਛੱਡ ਕੇ ਸਾਰੇ ਪਹੁੰਚੇ ਨੇ। ਤਾਂ ਮੈਂ ਕਹੂੰਗਾ ਕਿ ਜਸਵੀਰ ਜੀ ਤੁਹਾਡੇ 2 ਸ਼ਬਦ ਤੁਸੀਂ ਕਹਿ ਦਿਓ, ਫਿਰ ਅੱਗੇ ਮਾਈਕ ਦਿੰਦੇ ਹੌਲੀ ਹੌਲੀ। ਅੱਜ ਦੇਖੋ 29 ਜਿਹੜਾ ਨਵੰਬਰ ਨੂੰ ਆਉਂ, ਅਸੀਂ 25 ਨੂੰ ਚੱਲੇ ਸੀ ਉੱਥੋਂ ਪੰਜਾਬ ਤੋਂ, ਅੱਜ 29 ਨਵੰਬਰ ਹੋ ਗਿਆ ਦਿੱਲੀ ਦੇ, ਇੱਥੇ ਮੋਦੀ ਸਰਕਾਰ ਦਾ ਜਿਹੜਾ ਸਿਆਪਾ ਕਰਨ ਆਏ ਹਾਂ। ਇਹ ਸਾਰੇ ਮੇਰੇ ਸਤਿਕਾਰਯੋਗ ਜ਼ਿਲ੍ਹਾ ਕਪੂਰਥਲਾ ਅਤੇ ਕਰਤਾਰਪੁਰ ਬਲਾਕ ਜਲੰਧਰ ਤੋਂ
इत्थे 5-6 दिन तो बैठे हां, क्योंकि देखो ये जिहड़ी साडी भारत दी सरकार आ, साडा बहन दा देखो इत्थे कोई इरादा नहीं सी। इन्होंने काले कानून जिहड़े थोपे आ, मैं ये भारत दी सरकार नूं, मोदी नूं जां बीजेपी सरकार नूं पुछना चाहुंदा वी जिन्ना तुसी किसानां ते डंडा चला रहे हो, जिन्ने तुसी काले कानून बना रहे हो, जिन्ने तुसी किसानां नूं तंग कर रहे हो, कि भारत नूं किद्दां चलाओगे, भारत दे जिहड़े लोक आ किद्दां बचणगे। ये नहीं छोटा दुकानदार आ, मजदूर आ, जां ओह दिहाड़ीदार आ, जां होर वख वख जिहड़े आ कोई छोटे मुलाजम आ, ये जिहड़ा ओह अपने बच्चिआं दा ढिड किद्दां भरेगा। जे तुसीं अबानी अडानी नूं सारा लटा दित्ता, जिद्दां 2016 च नोटबंदी कीती सी ते जिहड़े गरीब लोक सी 100-100 रुपये दवाई नूं तरसदे सी 4-4 दिन, जिहड़े ओह बैठे सी अगे अपने बैंकां दे जां हत्थ करके ओह दिहाड़ीदार मंगदे सी। ये मैं ये देखो, ये देखो सरकार नूं जिहड़ा अज तक साडी भी मेरी भी 65-66 साल उम्र होई आ, भारतीय किसान यूनियन 1947 तो बाद कोई एडा करप्ट जा कोई एडा मेरा ख्याल निकम्मा भारत जिहड़ा प्रधानमंत्री आ जा एडी निकम्मी सरकार जे साबित होई आ तो बीजेपी दी सरकार होई आ। इस करके साडा जिहड़ा दिल्ली च मोर्चा लगा, जिन्ना चिर साडा देखो साडे काले कानून जा किसानां दीआं जो मंगा जायज ने ये वापस नहीं लेंदा मोदी सरकार, उन्ना चिर असीं 2 महीने 4 महीने 6 महीने राशन लैके आए आ, होर राशन जिहड़ा पंजाब तो आ रहा। इस करके उन्ना चिर असीं काले कानून रद्द कराउण तो बगैर पंजाब दी धरती ने नहीं जावांगे। ये साडी जिहड़ी आ पूरी ओर मंग आ, ते जिहड़ी साडी कोई असीं उहनूं भीख नहीं मंग रहे। इस करके असीं मोदी सरकार नूं साडी चिताव, ज्यादा लंबा नहीं जाना, इंट्रोडक्शन करा दो नाल तुसी जसबीर। ये साडे सत्कारयोग भारतीय किसान यूनियन जिहड़े दे आ काठियां दे जनरल सकत्तर सरबजीत सिंह बाठ धीरपुर तो ने, ये भी अपनी कोई अपना। चलो जी सरबजीत, संखेप रखो सारे किसान पूरे पंजाब दा नहीं कह सकते, पूरे देश दा, भारत दा किसान इस वेले सड़कां ते उतरिया होया, किसे देश नूं चलाउण लई चुने हुए जेडे सरकारी नुमाइंदे साडे MLA साहबान MP साहबान उन्हां नूं असीं जे किसान आ ते नागरिक भी आ देश दे, इक नागरिक अपने नुमाइंदियां नूं चुन के भेजदे आ कि साडियां समस्यावां नूं हल करना, जिंदगी नूं सौखा चलाउण लई नीतियां बनाउणियां, आर्थिक तौर ते तकड़े करन लई नीतियां बनाउणियां। पर जे अज असीं सड़क दे उपर बैठे आ ते इह किते ना किते साडे जिहड़े हुकमरान चुने गए नुमाइंदे आ इह उहनां दा फेलियर आ, उह साडे वास्ते साडे हक्की कानून बनाउण तों बहुत दूर रहि के साडे विरोधी कानून बनाए आ, जिहड़े कि हुण सेंटर सरकार ने साडे किसान विरोधी कानून बनाए आ, उहनां नूं रद्द करवाउण लई सानू किसानां नूं जथेबंदियां नूं खुद संघर्ष करके इस सड़कां ते बैठ के कानून रद्द करवाउण वास्ते संघर्ष करना पै रहा। जद के साडे पंजाब दी गल करिए तां 99% MLA साहबान किसानी नाल संबंध रखदे आ, ते साडी जथेबंदियां दी इस गल्लों बेहद नाराजगी आ कि इक तां साडे चुने हुए नुमाइंदे ते दूजा उहनां ने सानू राह दसेरा बनना हुंदा, उहनां नूं लोड़ सी साडी योग अगवाई करन दी, जदके असी अपनी खुद अगवाई करदे करदे भी उन्हां ने साडे 25 सितंबर 2020 दे प्रोग्राम 1 अक्तूबर 2020 दे प्रोग्रामां च बराबर कांग्रेस पार्टी अकाली पार्टी होर पार्टियां ने अपने बराबर प्रोग्राम करके साडे संघर्ष नूं कमजोर करन दी साजिश कीती, पर उह जोर ला के बैठ गए। असी 3-3.5 महीने तों संघर्ष कर रहे हां, किसान करदे रहणगे जदों तक किसान विरोधी बिल केंद्र सरकार वापस नहीं लै लैंदी। हुण मैं बेनती करा साडी जथेबंदी दे सीनियर जिला सीनियर मीत प्रधान दलबीर सिंह जी नानकपुर, ओह अपने विचार दसणगे। सब तों दुख दी गल इह हैगी आ, जिहड़ा बीजेपी दी सरकार ने लोकतंत्र दा घाण कीता, असी 2 महीने शांतमाई सड़कां ते बह के रेलां ते बह के गुजारे,
ਵੀ ਸਰਕਾਰ ਇਸ ਗੱਲ ਨੂੰ ਮਤਲਬ ਸਾਡੀ ਜਿਹੜੀ ਆ ਸੁਣ ਲਈ ਜਾਵੇ ਸਾਡੀ ਆਰਥਿਕਤਾ ਦਾ ਮਸਲਾ ਜੇ ਸਾਡੀਆਂ ਮੰਡੀਆਂ ਬਰਬਾਦ ਹੋ ਜਾਂਦੀਆਂ ਜਾਂ ਸਾਡੇ ਅਬਾਨੀ ਅਡਾਨੀ ਪ੍ਰਾਈਵੇਟ ਜਿਹੜਾ ਮਤਲਬ ਸਰਕਾਰੀ ਆ ਸਾਨੂੰ ਇੱਥੇ ਕੋਈ ਭਰੋਸਾ ਨਹੀਂ ਦੇ ਰਹੀ ਸਰਕਾਰ ਹੈਗੀ ਵੀ ਵਾਕਿਆ ਹੀ ਇਹ ਖਰੀਦੇਗੀ ਨਹੀਂ ਖਰੀਦੇਗੀ ਇਹ ਇਹਦਾ ਜਿਹੜਾ ਕਾਨੂੰਨ ਵੀ ਬਣਾਇਆ ਗਿਆ ਵੀ ਇਹ SDM ਜਾਂ DC ਤੱਕ ਹੀ ਪਹੁੰਚ ਕਰ ਸਕਦੇ ਹੈਗਾ ਸਾਡੇ ਉਹ ਵੀ ਸਾਨੂੰ ਸ਼ੰਕਿਆਂ ਦੇ ਵਿੱਚ ਖੜਾ ਕਰਦਾ SDM ਜਾਂ DC ਸਾਡੇ ਅਰਗੇ ਨਿਮਾਣੇ ਕਿਸਾਨ ਦੀ ਕੌਣ ਸੁਣੇਗਾ ਉਹ ਬਾਨੀਆਂ ਦੀ ਸੁਣੇਗਾ ਜਾਂ ਅਡਾਨੀਆਂ ਦੀ ਸੁਣੇਗਾ ਜੋ ਉਸ ਤੋਂ ਅੱਗੇ ਜਾ ਕੇ ਇਹਨਾਂ ਜੋ ਸਾਡੇ ਨਾਲ ਜੇ ਅਸੀਂ ਉਥੋਂ ਸਾਡੀ ਉਥੇ ਨਹੀਂ ਸੁਣੀ ਗਈ ਅਸੀਂ ਦਿੱਲੀ ਨੂੰ ਸੁਣਾਉਣ ਆਉਣਾ ਸੀ ਆਪਣੀ ਗੱਲ ਜੋ ਇਹਨਾਂ ਰਸਤੇ ਦੇ ਵਿਚ BJP ਦੀ ਸਰਕਾਰ ਜਿਹੜੀ ਹਰਿਆਣੇ ਦੇ ਵਿਚ ਆ ਜੋ ਇਹਨਾਂ ਨੇ ਸਾਡੇ ਦੇ ਅਥਰੂ ਗੈਸ ਪਾਣੀ ਦੀਆਂ ਪਛਾੜਾਂ ਜਾਂ ਸਾਨੂੰ ਮਤਲਬ ਇੰਨਾ ਤੰਗ ਪਰੇਸ਼ਾਨ ਕਰਕੇ ਇਥੋਂ ਤੱਕ ਅਸੀਂ ਬੜੇ ਮਜਬੂਰ ਹੋ ਕੇ ਆਏ ਹਾਂ ਤੇ ਇਹਨਾਂ ਨੇ ਸਾਡਾ ਕੋਈ ਮਦਦ ਨਹੀਂ ਕੀਤੀ ਜੇ ਕਿਤੇ ਇੱਥੇ ਕੈਮਰਾ ਘੁਮਾ ਕੇ ਦੇਖਿਆ ਜਾਵੇ ਤਾਂ ਇਹ ਕਿਹੋ ਜਿਹੇ ਥਾਂ ਤੇ ਬਹਿ ਕੇ ਖਾਣ ਡਏ ਆ ਕਿਹੋ ਜਿਹੇ ਥਾਂ ਤੇ ਬਹਿ ਕੇ ਅਸੀਂ ਸੌਣ ਡਏ ਹੈਗੇ ਆ ਮਤਲਬ ਸਾਡੀ ਬਹੁਤ ਬੁਰੀ ਹਾਲਤ ਹੈਗੀ ਆ ਜੋ BJP ਦੀ ਸਰਕਾਰ ਨੇ ਲੋਕਤੰਤਰ ਦਾ ਘਾਣ ਕਰਕੇ ਸਾਨੂੰ ਮਜਬੂਰ ਕਰਨ ਡਈ ਆ ਕਿਸਾਨਾਂ ਨੂੰ ਸਾਰੇ ਦੇਸ਼ ਦੇ ਕਿਸਾਨਾਂ ਨੂੰ ਔਰ ਖਾਸ ਕਰਕੇ ਪੰਜਾਬ ਨਾਲ ਵਿਤਕਰਾ ਕਰਕੇ ਸਾਨੂੰ ਪੰਜਾਬੀਆਂ ਨੂੰ ਜਿਹੜਾ ਹੈਗਾ ਇਹ ਕਿਰਾਏ ਪਾ ਰਹੀ ਹੈਗੀ ਆ ਨਾ ਕਿ ਰਾਹ ਪਾ ਰਹੀ ਸਾਡੀ ਨੌਜਵਾਨੀ ਇਹ ਬਰਬਾਦ ਕਰਨ ਤੇ ਤੁਲੀ ਹੋਈ ਆ ਮੈਂ ਪਿਰਮਲ ਸਿੰਘ ਧੌਲਾ MLA ਭਦੌੜ ਸੋ ਅੱਜ ਅਸੀਂ ਕਿਸਾਨੀ ਸੰਘਰਸ਼ ਜੋ ਦਿੱਲੀ ਤੱਕ ਪਹੁੰਚੇਗਾ ਇੱਥੇ ਅਸੀਂ ਪਹੁੰਚੇ ਆਂਗੇ ਸੋ ਕਿਸਾਨ ਵੀਰਾਂ ਦੇ ਨਾਲ ਬੈਠੇ ਆਂਗੇ ਪਹਿਲਾਂ ਵੀ ਲਗਾਤਾਰ ਇਸ ਸੰਘਰਸ਼ ਦੀ ਹਮਾਇਤ ਕੀਤੀ ਔਰ ਜਿਹੜੇ ਇਹ ਕਾਲੇ ਕਾਨੂੰਨ ਬਣਾਏ ਨੇ ਖੇਤੀ ਵਿਰੋਧੀ ਔਰ ਇਹਨਾਂ ਦਾ ਵਿਰੋਧ ਕੀਤਾ ਚਾਹੇ ਵਿਧਾਨ ਸਭਾ ਦੇ ਵਿਚ ਹੋਵੇ ਜਾਂ ਫੀਲਡ ਦੇ ਵਿਚ ਹੋਵੇ ਸੋ ਜਿਹੜੀ ਕੇਂਦਰ ਸਰਕਾਰ ਆਗੀ ਉਹਨੂੰ ਇੱਕ ਗੱਲ ਇਹ ਮੈਂ ਕਹਿਣਾ ਚਾਹੁੰਦਾ ਕਿ ਉਹ ਸਾਡਾ ਇਤਿਹਾਸ ਦੇਖ ਲਓ ਤੁਸੀਂ ਪੰਜਾਬੀਆਂ ਦਾ ਔਰ ਇਹਨਾਂ ਕਿਸਾਨ ਜਥੇਬੰਦੀਆਂ ਦਾ ਵੀ ਇਤਿਹਾਸ ਦੇਖ ਲਓ ਜਦੋਂ ਵੀ ਕੋਈ ਲੜਾਈ ਮਿੱਥੀ ਆ ਟੀਚਾ ਮਿੱਥਿਆਗਾ ਉਹਨੂੰ ਜਿੱਤ ਕੇ ਮੁੜੇ ਆਗੇ ਸੋ ਤੁਸੀਂ ਇਹ ਗਲਤ ਫਹਿਮੀ ਚ ਨਾ ਰਹੋ ਕਿ ਇਹਨਾਂ ਨੂੰ ਇੱਥੇ ਕਿਸੇ ਗਰਾਊਂਡ ਚ ਬਿਠਾ ਕੇ ਜਿਵੇਂ ਸੜਕਾਂ ਤੇ ਬਿਠਾ ਕੇ ਤੁਸੀਂ ਖਾਲੀ ਹੱਥ ਮੋੜ ਦੋਗੇ ਇਹ ਨਹੀਂ ਮੁੜਨ ਵਾਲੇ ਹੈਗੇ ਇਹ ਆਪਣੇ ਜਿੱਤ ਦੇ ਝੰਡੇ ਗੱਡ ਕੇ ਜਾਣਗੇ ਸੋ ਚੰਗਾ ਇਹੀ ਆ ਕਿ ਵੀ ਜਿੰਨਾ ਛੇਤੀ ਰਹਿੰਦੇ ਸਮੇਂ ਚ ਜਿਹੜਾ ਹੈਗਾ ਇਹ ਮੰਗਾਂ ਮੰਨ ਕੇ ਔਰ ਜਿਹੜਾ ਹੈਗਾ ਇੱਥੋਂ ਦੀ ਇਸ ਸੰਘਰਸ਼ ਨੂੰ ਜਿਹੜਾ ਕਾਮਯਾਬ ਕਰਕੇ ਜਿਹੜਾ ਉਹ ਵਾਪਸ ਭੇਜਿਆ ਜਾਵੇ ਇਹ ਕੇਂਦਰ ਸਰਕਾਰ ਦੇ ਲਈ ਇਹ ਚੰਗਾ ਹੋਏਗਾ ਕਿਉਂਕਿ ਪੰਜਾਬੀ ਨੇ ਜਿਹੜੇ ਉਹ ਹਮੇਸ਼ਾ ਜਿੱਤ ਵੱਲ ਵਧੇ ਨੇ ਔਰ ਜਿੱਤ ਕੇ ਮੁੜੇ ਨੇਗੇ ਸੋ ਖਾਲੀ ਹੱਥ ਨਹੀਂ ਮੁੜਨਾ ਹੈਗਾ ਸੋ ਇਹ ਹੈਗਾ ਕਿ ਅੱਗੇ ਵੀ ਅਸੀਂ ਆਪਣੇ ਸੰਘਰਸ਼ ਇਹਦੇ ਵਿਚ ਪੂਰੀ ਹਮਾਇਤ ਆ ਸਾਡੀ ਇਸ ਸੰਘਰਸ਼ ਦੇ ਵਿਚ ਜਿੱਥੇ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਕਿਸਾਨ ਵੀਰ ਸਾਨੂੰ ਕਹਿਣਗੇ ਅਸੀਂ ਨਾਲ ਖੜੇ ਆ ਬੈਠੇ ਆ ਸੋ ਅਸੀਂ ਨਾਲ ਤੁਰਾਂਗੇ ਕਰਤਾਰਪੁਰ ਤੋਂ ਇੱਕ ਨੌਜਵਾਨ ਸਾਡੇ ਸਾਥੀ ਆਏ ਨੇ ਕਿਸਾਨ ਯੂਨੀਅਨ ਚੋਂ ਉਹ ਵੀ ਆਪਣੀ ਗੱਲ ਕਹਿਣਾ ਚਾਹੁੰਦੇ ਸਤਿ ਸ੍ਰੀ ਅਕਾਲ ਜੀ ਮੇਰਾ ਪਿੰਡ ਧੀਰਪੁਰ ਆ ਬਲਾਕ ਕਰਤਾਰਪੁਰ ਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸਾਡੀ ਇੱਕ ਬੇਨਤੀ ਆ ਇਹੋ ਕਿ ਸਾਨੂੰ ਇੱਕ ਬੜਾ ਮਨ ਦੇ ਵਿੱਚ ਰੂਸ ਆ ਮੈਂ ਇੱਕ NRI ਪਰਿਵਾਰ ਨੂੰ ਬਿਲੋਂਗ ਕਰਦਾ ਤੇ ਹੁਣ ਵੀ ਮੇਰੀ ਜ਼ਮੀਨ ਜਿਹੜੀ ਆ ਉਹ ਠੇਕੇ ਤੇ ਦਿੱਤੀ ਹੋਈ ਆ ਪਰ ਮੈਨੂੰ ਇੱਥੇ ਆਉਣਾ ਪਿਆ ਮੇਰੇ ਅੰਦਰ ਬਹੁਤ ਜ਼ਿਆਦਾ ਦਰਦ ਸੀ ਪਹਿਲੇ ਦਿਨ ਤੋਂ ਜਦੋਂ ਤੋਂ ਇਹ ਮੋਰਚਾ ਲੱਗਾ ਰੇਲਵੇ ਸਟੇਸ਼ਨ ਤੇ ਮੇਰੇ ਭਰਾ ਬੈਠੇ ਆ ਮੈਨੂੰ ਲੱਗਦਾ ਸੀ ਕਿ ਸਾਨੂੰ ਉੱਥੇ ਜਾਣਾ ਚਾਹੀਦਾ ਸੋ ਮੈਨੂੰ ਮੌਕਾ ਮਿਲਿਆ ਤੇ ਮੈਂ ਅੱਜ ਦਿੱਲੀ ਤੱਕ ਵੀ ਪਹੁੰਚਿਆ ਇੱਕ ਰੋਸ ਇਹ ਹੈ ਕਿ ਆ ਜਿਹੜੇ 3 MLA ਸਾਹਿਬਾਨ ਸਾਡੇ ਨਾਲ ਬੈਠੇ ਆ ਇਹ ਵੀ ਆਮ ਆਦਮੀ ਪਾਰਟੀ ਨੂੰ ਪਹਿਲਾਂ ਬਿਲੋਂਗ ਕਰਦੇ ਸੀ ਚਾਹੇ ਹੁਣ ਇਹਨਾਂ ਨੇ ਰਸਤੇ ਆਪਣੇ ਵੱਖਰੇ ਕਰ ਲਏ ਆਮ ਆਦਮੀ ਪਾਰਟੀ ਜਦੋਂ 2017 ਦੇ ਵਿਚ ਇਲੈਕਸ਼ਨ ਦੇ ਵਿਚ ਪੰਜਾਬ ਵਾਸਤੇ ਉਹਨਾਂ ਨੇ ਮੂੰਹ ਕੀਤਾ ਤੇ ਕੇਜਰੀਵਾਲ ਸਾਹਿਬ ਨੂੰ ਪੰਜਾਬੀਆਂ ਨੇ ਪੂਰੇ ਵਰਲਡ ਦੇ NRIs ਨੇ ਹੱਥਾਂ ਦੇ ਉੱਪਰ ਚੱਕਿਆ ਕੋਈ ਡੋਨੇਸ਼ਨ ਦੀ ਕਮੀ ਨਹੀਂ ਛੱਡੀ ਕਿਸੇ ਤਰ੍ਹਾਂ ਦੀ ਆਪਣੀਆਂ ਕੋਠੀਆਂ ਦੇ ਵਿਚ ਰਿਹਾ ਇੱਕ ਇੱਕ MLA ਦਿੱਲੀ ਦੇ ਜਿਹੜੇ MLA ਚੁਣੇ ਹੋਏ ਸੀ ਉਹ ਜਦੋਂ ਪੰਜਾਬ ਗਏ ਉਹਨਾਂ ਨੂੰ 3 ਟਾਈਮ ਤੇ ਵਧੀਆ ਤੋਂ ਵਧੀਆ ਪਕਵਾਨ ਜਿਹੜੇ ਉਹ ਤਿਆਰ ਕਰਕੇ ਤੇ ਖਵਾਏ ਘਰਾਂ ਚ ਬਿਠਾ ਕੇ ਹਜ਼ਾਰਾਂ ਕਿਸਮ ਦੇ ਬਲੇਮ ਉਹਨਾਂ ਨੇ ਆਪਣੇ ਉੱਤੇ ਲਏ ਕਿ ਇਹ ਜੀ ਇਹ ਖਾਲਿਸਤਾਨੀਆਂ ਦੀਆਂ ਕੋਠੀਆਂ ਚ ਰਹਿੰਦੇ ਆ ਪਤਾ ਨਹੀਂ ਕੀ ਕੁਝ ਹੋਇਆ ਦੁਸ਼ਮਣੀਆਂ ਪਾਈਆਂ ਅੱਜ ਉਹੀ NRI ਉਹੀ ਪੰਜਾਬੀ ਤੇ ਉਹੀ ਗਰੀਬ ਲੋਕ ਜਿਹੜੇ ਕਿਸਾਨ ਆ ਉਹ ਦਿੱਲੀ ਦੇ ਬਾਰਡਰ ਦੇ ਉੱਪਰ ਆ ਕੇ ਬੈਠੇ ਆ ਤੇ ਇੱਕ ਵੀ MLA ਕੇਜਰੀਵਾਲ ਸਾਹਿਬ ਦੀ ਪਾਰਟੀ ਦਾ ਸਾਨੂੰ ਦੇਖਣ ਤੱਕ ਨਹੀਂ ਆਇਆ ਕਿ ਬੰਦੇ ਇੱਥੇ ਹੈਗੇ ਆ ਜਾਂ ਨਹੀਂ ਹੈਗੇ ਇਹੀ ਬੰਦਿਆਂ ਨੂੰ 에ਅਰਪੋਰਟ ਤੋਂ ਲੈਣ ਵਾਸਤੇ 에ਅਰਪੋਰਟ ਤੇ ਛੱਡਣ ਵਾਸਤੇ ਰੇਲਵੇ ਸਟੇਸ਼ਨਾਂ ਤੋਂ ਲੈਣ ਵਾਸਤੇ ਹਰ ਬੰਦੇ ਨੂੰ 50,000 ਪੰਜਾਬੀ ਮੋਹਰੇ ਖੜਾ ਹੋ ਗਿਆ ਸਾਨੂੰ ਇਸ ਗੱਲ ਦਾ ਵੀ ਦੁੱਖ ਹੋਇਆ ਜਿਹੜੇ 3 MLA ਸਾਹਿਬਾਨ ਆਏ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਤੇ ਸਾਨੂੰ ਲੱਗਿਆ ਚਲੋ ਥੋੜਾ ਨੀ ਤੇ ਬਹੁਤਾ ਨੀ ਜੋ ਵੀ ਆ ਗਿਆ ਸਾਡੇ ਕੋਲ ਆਇਆ ਤੇ ਹੈ ਨਾ ਤੇ ਦੂਸਰੇ ਨੰਬਰ ਤੇ ਜਿੰਨੇ ਐਨਆਰਆਈ ਹੁਣ ਵੀ ਬਾਹਰ ਬੈਠੇ ਆ ਉਹ ਸਾਰੇ ਦੇ ਸਾਰੇ ਇਸ ਅੰਦੋਲਨ ਦੇ ਨਾਲ ਆ ਤੇ ਉਥੇ ਬੈਠੇ ਉਹ ਕਚੀਚੀਆਂ ਵੱਟ ਰਹੇ ਆ ਕਿ ਕਿਸੇ ਤਰ੍ਹਾਂ ਅੱਜ ਵੀ ਅਸੀਂ ਪੰਜਾਬ ਦੇ ਵਿਚ ਹੁੰਦੇ ਤੇ ਅਸੀਂ ਦਿੱਲੀ ਇਹਨਾਂ ਆਪਣੇ ਭਰਾਵਾਂ ਦੇ ਨਾਲ ਪਹੁੰਚੇ ਹੋਏ ਹੁੰਦੇ ਮੈਂ ਸਿਰਫ ਇੰਨਾ ਹੀ ਬੋਲਣਾ ਜੇ ਕੋਈ ਗਲਤ ਲਫ਼ਜ਼ ਨਿਕਲਿਆ ਤੇ ਖਿਮਾ ਦੇ ਜਾ ਚੁੱਕਿਆ ਕਿਸੇ ਵੀ ਪਾਰਟੀ ਨੂੰ ਇੱਥੇ ਜਿੰਨੇ ਲੋਕ ਬੈਠੇ ਉਹ ਬਿਲੋਂਗ ਨਹੀਂ ਕਰਦੇ ਉਹ ਸਿਰਫ ਤੇ ਸਿਰਫ ਪੰਜਾਬ ਨੂੰ ਹੀ ਬਿਲੋਂਗ ਕਰਦੇ ਆ ਕਿਸਾਨੀ ਨੂੰ ਹੀ ਬਿਲੋਂਗ ਕਰਦੇ ਆ ਤੇ ਕਿਸਾਨੀ ਨੂੰ ਹੀ ਰੀਪ੍ਰੈਜੈਂਟ ਕਰਨ ਵਾਸਤੇ ਅਸੀਂ ਦਿੱਲੀ ਆਏ ਹੋਏ ਆ ਅੰਨਾ ਹਜ਼ਾਰੇ ਬਾਬਾ ਰਾਮਦੇਵ ਜਿੰਨੇ ਹੋਰ ਜਿਹੜੇ ਅੱਜ ਜਦੋਂ ਭਾਜਪਾ ਹੀ ਇਹਦੇ ਵਿਚ ਹੁੰਦੇ ਆ ਸੈਂਟਰ ਦੇ ਵਿਚ ਜਾਂ ਹਕੂਮਤ ਦੇ ਵਿਚ ਹੁੰਦੇ ਆ ਤੇ ਉਹ ਕਹਿੰਦੇ ਕਿ ਇਹ ਅੰਦੋਲਨ ਕਾਂਗਰਸੀਆਂ ਨੇ ਸਪੌਂਸਰ ਕੀਤਾ ਜਦੋਂ ਕਾਂਗਰਸ ਵਾਲੇ ਹੁੰਦੇ ਆ ਤੇ ਉਹ ਕਹਿੰਦੇ ਭਾਜਪਾ ਨੇ ਸਪੌਂਸਰ ਕੀਤਾ ਜਦੋਂ ਅੰਨਾ ਹਜ਼ਾਰੇ ਅੰਦੋਲਨ ਤੇ ਬੈਠਾ ਫਾਰਮਰਾਂ ਵਾਸਤੇ ਅੱਜ ਉਹੀ ਅੰਨਾ ਹਜ਼ਾਰੇ ਇੱਕ ਲਫ਼ਜ਼ ਇੱਕ ਟਵੀਟ ਇੱਕ ਵੀ ਗੱਲ ਨਹੀਂ ਕਹਿ ਸਕਿਆ ਕਿ ਹਜ਼ਾਰਾਂ ਕਿਸਾਨ ਜਿਹੜਾ ਪੰਜਾਬ ਦਾ ਇੱਥੇ ਆ ਕੇ ਬੈਠਾ ਇਹ ਕਾਹਦੇ ਵਾਸਤੇ ਬੈਠਾ ਤੇ ਉਹ ਬਾਬਾ ਰਾਮਦੇਵ ਜਿਹੜਾ ਡੇਲੀ ਦੁਹਾਈ ਦਿੰਦਾ ਸਵਦੇਸ਼ੀ ਦੀ ਜਿਹੜਾ ਝੋਨਾ ਆ ਜਿਹੜੀ ਕਣਕ ਆ ਇਹ ਕਿਹੜੀ ਅਮਰੀਕਾ ਤੋਂ ਆਉਂਦੀ ਆ ਇਹ ਵੀ ਸਵਦੇਸ਼ੀ ਆ ਆ ਜਿਹੜੇ ਬੰਦੇ ਬੈਠੇ ਆ ਇਹ ਵੀ ਸਵਦੇਸ਼ੀ ਆ ਸਾਰੇ ਅੱਜ ਜਬਾਨਾਂ ਨੂੰ ਕਿਉਂ ਤਾਲੇ ਲੱਗ ਗਏ ਆ ਉਹ ਕਿੱਥੇ ਜਬਾਨਾਂ ਤੇ ਕਦੋਂ ਖੁੱਲਣਗੀਆਂ ਉਹਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਜਗਦੇਵ ਸਿੰਘ ਜੀ ਕਮਾਲੂ MLA ਕਿਸਾਨ ਭਰਾਵੋ ਬੜੇ ਦੁੱਖ ਦੀ ਗੱਲ ਹੈ ਕਿ ਉਹ ਕਿਸਾਨ ਜਿਹੜਾ ਦੇਸ਼ ਦਾ ਢਿੱਡ ਭਰਦਾ ਹੈ ਤੇ ਭਰਦਾ ਸੀ ਜਦੋਂ ਦੇਸ਼ ਭੁੱਖਾ ਬੈਠਾ ਸੀ ਤਾਂ ਉਹਨੂੰ ਉਤਸ਼ਾਹਿਤ ਕਰਕੇ ਇੱਕ ਸਾਜਿਸ਼ ਦੇ ਅਧੀਨ ਉਹਨਾਂ ਨੂੰ ਰਸਾਇਣਿਕ ਖਾਦਾਂ ਦੇ ਕੇ ਉਹਨਾਂ ਦੇ ਬੋਰ ਲਵਾ ਕੇ ਉਹਨਾਂ ਦੀਆਂ ਜ਼ਮੀਨਾਂ ਨੂੰ ਬਰਬਾਦ ਕੀਤਾ ਗਿਆ ਨਸ਼ਈ ਕੀਤਾ ਗਿਆ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਨਸ਼ੇ ਤੇ ਲਾ ਰਹੀਆਂ ਸੀ ਸਾਰਿਆਂ ਨੇ ਜ਼ਮੀਨਾਂ ਕਿਉਂਕਿ ਰਸਾਇਣਿਕ ਖਾਦ ਤੋਂ ਬਿਨਾਂ ਚੰਗੀ ਉਪਜ ਨਹੀਂ ਹੋ ਸਕਦੀ ਤੇ ਰਸਾਇਣਿਕ ਖਾਦਾਂ ਦਿੰਦਿਆਂ ਪਾਣੀ ਖਿੱਚਦਿਆਂ ਧਰਤੀ ਦਾ ਜਿਹੜਾ ਸਿਸਟਮ ਸੀ ਉਹ ਵੀ ਅਸੀਂ ਖਰਾਬ ਕਰ ਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਜਿਸ਼ ਅਧੀਨ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵੱਲ ਪ੍ਰੇਰਿਤ ਕੀਤਾ ਵੀ ਨਸ਼ੇ ਲਾ ਕੇ ਨਸ਼ੇ ਤੇ ਜਵਾਨੀ ਬਰਬਾਦ ਕਰ ਦਈਏ ਪਰ ਸਾਡੇ ਫਿਰ ਵੀ ਉਹ ਕਿਸਾਨ ਦ੍ਰਿੜ ਰਹੇ ਖੇਤੀ ਵੱਲ ਜੁੜੇ ਰਹੇ ਸਾਡੇ ਜਿਹੜੇ ਜਵਾਨ ਸੀ ਸਾਡੇ ਨੌਜਵਾਨ ਸੀ ਉਹ ਵਿਚਾਰੇ ਥੋੜਾ ਥੋੜਾ ਪੈਸਾ ਲਾ ਕੇ ਮਤਲਬ ਇਥੋਂ ਬਾਹਰਲੇ ਦੇਸ਼ਾਂ ਚ ਭੱਜ ਗਏ ਵੀ ਇੱਥੇ ਕੁਛ ਨੀ ਬੱਟੀਦਾ ਇਸ ਲਈ ਅੱਜ ਜਿਹੜਾ ਕੁਛ ਮਿਲਦਾ ਸੀ ਉਹ ਵੀ ਖੋਹਣ ਲਈ ਤੁਰੀ ਹੋਈ ਹੈ ਇਹ ਸੈਂਟਰ ਸਰਕਾਰ ਕਿਸਾਨਾਂ ਤੋਂ ਉਹ ਨਹੀਂ ਚਾਹੁੰਦੀ ਕਿ ਕਿਸਾਨ ਦਾ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਚੰਗੀ ਖੇਤੀ ਕਰੇ ਚੰਗਾ ਆਪਦਾ ਰੱਜ ਪੁੱਜ ਕੇ ਖਾਵੇ ਕਿਉਂਕਿ ਅੱਜ ਪਿਛਲੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਲਗਭਗ 73 ਸਾਲ ਤੋਂ ਸਾਰੀਆਂ ਸਰਕਾਰਾਂ ਨੇ ਕਿਸਾਨਾਂ ਦੀਆਂ ਜਿਣਸਾਂ ਦੇ ਭਾਅ ਘੱਟ ਦੇ ਕੇ ਉਹਨਾਂ ਨੂੰ ਲੁੱਟਿਆ ਤੇ ਉਹ ਜਿਹੜਾ ਘਾਟਾ ਸੀ ਉਹ ਕਰਜ਼ੇ ਦਾ ਰੂਪ ਧਾਰ ਗਿਆ ਹੌਲੀ ਹੌਲੀ ਕਿਸਾਨਾਂ ਸਿਰ ਇੰਨਾ ਕਰਜ਼ਾ ਹੋ ਗਿਆ ਕਿ ਕਿਸਾਨ ਬੱਸ ਨਾ ਜਾਂਦੀ ਦੇਖ ਕੇ ਖੁਦਕਸ਼ੀਆਂ ਦੇ ਰਾਹ ਪੈ ਗਏ ਤੇ ਇਸ ਲਈ ਅੱਜ ਜਿਹੜੀ ਥੋੜੀ ਬਹੁਤੀ MSP ਕਿਉਂਕਿ 23 ਫਸਲਾਂ ਤੇ MSP ਤੈਅ ਕੀਤੀ ਹੋਈ ਹੈ ਸੈਂਟਰ ਸਰਕਾਰ ਦੀ ਉਹਦੇ ਵਿੱਚੋਂ ਸਿਰਫ 3 ਫਸਲਾਂ ਤੇ MSP ਦਿੱਤੀ ਜਾਂਦੀ ਹੈ 2 ਸਰਕਾਰ ਖਰੀਦਦੀ ਹੈ ਕਣਕ ਤੇ ਝੋਨਾ ਗੰਨਾ ਜਿਹੜਾ ਉਹ ਸ਼ੂਗਰ ਮਿੱਲਾਂ ਪ੍ਰਾਈਵੇਟ ਸ਼ੂਗਰ ਮਿੱਲਾਂ ਖਰੀਦਦੀਆਂ ਤੇ ਅੱਜ ਉਹ MSP ਵੀ ਖੋਹੀ ਜਾ ਰਹੀ ਹੈ ਹਾਲਾਂਕਿ ਸਾਡੇ ਕਿਸਾਨ ਸਾਡੇ ਜਿਹੜੇ ਮਿਹਨਤੀ ਲੋਕ ਹੈ ਜਿਹੜੇ ਦਿਨ ਰਾਤ ਮਿਹਨਤ ਕਰਦੇ ਆ ਜਿਹੜੇ ਦੇਸ਼ ਨੂੰ ਚਲਾਉਂਦੇ ਨੇ ਉਹ ਆਪ ਭੁੱਖੇ ਰਹਿੰਦੇ ਨੇ ਆਪ ਅੱਜ ਸੜਕਾਂ ਤੇ ਬੈਠੇ ਹੈ ਕਿਸ ਲਈ ਕਿ ਉਹ ਦੇਸ਼ ਨੂੰ ਚਲਾਉਂਦੇ ਰਹੇ ਅੱਜ ਤੱਕ ਉਹਨਾਂ ਨੇ ਆਪਦੇ ਬੱਚੇ ਉਹਨਾਂ ਦੇ ਭੁੱਖੇ ਮਰ ਰਹੇ ਅੱਜ ਉਹਨਾਂ ਦੇ ਸਿਰ ਕਰਜ਼ੇ ਦੀਆਂ ਪੰਡਾਂ ਤੇ ਅੱਜ ਵੀ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਉਹਨਾਂ ਨਾਲ ਮਤਰੇਈ ਮਾਲਾ ਸਲੂਕ ਕਰਕੇ ਅੱਜ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੋ ਮੈਂ ਧੰਨਵਾਦ ਕਰਦਾ ਸਾਰੇ ਪੰਜਾਬ ਦੇ ਉਹਨਾਂ ਬਹਾਦਰ ਸੋਡੇ ਸਾਰਿਆਂ ਦਾ ਬਹਾਦਰ ਕਿਸਾਨਾਂ ਦਾ ਜਿਨ੍ਹਾਂ ਨੇ ਬੜੀ ਦ੍ਰਿੜਤਾ ਤੇ ਬੜੇ ਵਿਸ਼ਵਾਸ ਨਾਲ ਔਰ ਸ਼ਾਂਤੀ ਪੂਰਵਕ ਧਰਨਾ ਲਾ ਕੇ ਇੱਥੇ ਬੈਠੇ ਹੋ ਮੈਨੂੰ ਪਤਾ ਕਿ ਅਸੀਂ ਇੱਕ ਰਿਸ਼ਤੇਦਾਰੀ ਜਾਂਦੇ ਹਾਂ ਇੱਕ ਦਿਨ ਤੋਂ ਵੱਧ ਠਹਿਰ ਨਹੀਂ ਸਕਦੇ ਸਾਰਿਆਂ ਨੂੰ ਇੰਨੇ ਜਿਵੇਂ ਹੁੰਦੇ ਨੇ ਅੱਜ ਸਾਡੇ ਉਹ ਕਿਸਾਨ ਆਪਣੇ ਬੱਚੇ ਛੱਡ ਕੇ ਆਪਣੇ ਪਰਿਵਾਰ ਛੱਡ ਕੇ ਇੱਥੇ ਸੜਕਾਂ ਤੇ ਬੈਠੇ ਹੈ ਜਿਵੇਂ ਸਾਡੇ ਮੈਥੋਂ ਪਹਿਲਾਂ ਇੱਕ ਸਰਦਾਰ ਜੀ ਨੇ ਕਿਹਾ ਕਿ ਅਸੀਂ ਜਿਹੜੇ ਚੰਗੇ ਘਰਾਂ ਚ ਪੈਣ ਵਾਲੇ ਸੀ ਆਪਦੇ ਘਰਾਂ ਚ ਸੌਂਦੇ ਸੀ ਅੱਜ ਠੰਡ ਦੀ ਰੁੱਤ ਦੇ ਵਿਚ ਰੜੇ ਮੈਦਾਨਾਂ ਦੇ ਵਿਚ ਗੰਦਗੀ ਵਾਲੀਆਂ ਥਾਵਾਂ ਤੇ ਸੌ ਰਹੇ ਆ ਇੱਥੇ ਖਾਣਾ ਖਾ ਰਹੇ ਆ ਇਸ ਲਈ ਸਾਨੂੰ ਮਜਬੂਰ ਕੀਤਾ ਹੈ ਸੈਂਟਰ ਸਰਕਾਰ ਨੇ ਮੈਂ ਇਹ ਦੱਸ ਦੇਣਾ ਚਾਹੁੰਦਾ ਸੈਂਟਰ ਸਰਕਾਰ ਨੂੰ ਕਿ ਇਸ ਤੋਂ ਅੱਤ ਆ ਗਈ ਇਸ ਤੋਂ ਵੱਧ ਅੱਗੇ ਨਹੀਂ ਚੱਲਿਆ ਜਾ ਸਕਦਾ ਤੇ ਇਹ ਨਾ ਹੋਵੇ
कि कोई हालात खराब हो जान ते क्योंकि किसान है जेड़ा दबदा दबदा जदों आपां किसी चीज नूं दबांगे दबांगे अक्स नूं फटूगी इस नूं इन्ना दबाया नहीं जा सकदा। अज लोड़ है कि किसान दीआं हक्की मंगां मन के इन्हां नूं शाबाश दे के इन्हां नूं घरों घरी तोरिया जावे। ते मैं ये भी कहना कि एम एस पी कल्ली हल नहीं ते नाल दी नाल स्वामीनाथन रिपोर्ट है जिहड़ी और लागू करके किसानां नूं जिणसां दे भाव पूरे दे के उन्हां नूं आत्म विश्वास बनाया जाए। सारा का धन्यवाद। किसान यूनियन चरणजीत सिंह जी पिंड कालाखेड़ा जथेबंदी दे सीनियर मीत प्रधान। वाहेगुरु जी का खालसा वाहेगुरु जी फतेह। अज सानू इत्थे आया हुआ पंजवा दिन हो गया जेड़ा अज पूरा भारत का किसान इत्थे पहुंच गया। जेड़ा पंजाब का किसान सी वो पिछले 60 दिन तो जेड़ा बैठा होया है रेलवे स्टेशन ते सी साडी पंजाब दे एमएलए साहब नूं भी असीं बड़े संबोधन कीते बड़ी दुहाइयां दित्तियां कि साडे झंडे थले आ गए गल करो। एमपी साहब नूं भी जिहड़े साडे चुने हुए सी उहनां नूं अपीलां कीतियां भई साडी गल उपर तक पहुंचाई जावे। कोई एमएलए साहब ने साडे 25 तरीक नूं असीं बैठे सी रेलवे स्टेशन करतारपुर ते कोई साडे लागे नहीं लगा। 60 दिन असि उथे रौला पाउण तों बाद संघर्ष करदे 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 इत्थे अज दिल्ली पहुंचे आ। सानू इह लगदा आ भी जे जिदा अज सुखपाल जी इत्थे पहुंचे आ 3 एमएलए साहब साडे कोल जे किते उदन साडे कोल पंजाब दे सारे एमएलए साहब पहुंच जांदे हो सकदा सानू दिल्ली ना आउणा पैंदा। साडे बोल बोल के गले भी खराब हो गए। 60 दिन असि उथे बोले उथे कर करके डिबेटां इन्हां नाल देख लईआं जेड़े इन्हां दे उथे भाजपा दे जांदे सीगे नुमाइंदे उन्हां नूं असीं घेरिया कि साडी गल उपर तक जाऊगी। मोदी साहब दा इन्ना दबदबा सी मीडिया ते भी उन्हें उन्हां जेड़े साडे संघर्ष दे उथे बैठे हुए आ उन्हां नूं झूठ कांग्रेस बनाती भई झूठ कांग्रेस दा जी इह काम है किसानां दा काम नहीं। उथे भी सानूं उन्हां ने गलत शो कीता हुण इत्थे असीं आ चुके आ हुण पूरे वर्ल्ड च रौला पै गया हुण इत्थे भी हजे मीडिया ते भी इन्हां दबाव आ जिहड़ा नैशनल मीडिया ਉਹ ਇਹੋ ਹੀ ਗੱਲ ਕਰ ਰਿਹਾ ਸਾਡੇ ਕਿਸਾਨ ਜਿਹੜੇ ਚੁਣੇ ਹੋਏ ਨੁਮਾਇੰਦੇ ਉਹਨਾਂ ਤੋਂ ਸਾਡੇ ਜਿਹੜੇ ਨੁਮਾਇੰਦੇ ਆ ਉਹਨਾਂ ਨਾਲ ਗੱਲ ਕਰਨ ਦੀ ਬਜਾਏ ਪਿੱਛੇ ਭੋਲੇ ਭਾਲੇ ਸਾਡੇ ਕਿਸਾਨ ਵੀਰਾਂ ਨੂੰ ਠਾਲ ਕੇ ਪੁੱਛਦੇ ਆ ਵੀ ਤੁਹਾਡਾ ਕੀ ਆ ਜਦੋਂ ਉਹ ਕੋਈ ਗੱਲ ਮਾੜੀ ਮੋਟੀ ਉਹਨਾਂ ਦੇ ਮੂੰਹ ਤੋਂ ਟੇਟੀ ਮੇਟੀ ਨਿਕਲਦੀ ਆ ਉਹਨੂੰ ਇਸ਼ੂ ਬਣਾ ਕੇ ਉਹ ਜਿਹੜਾ ਮੁੜ ਕੇ ਆਪਣੇ ਮੂਹਰੇ ਹੈਡਲਾਈਨ ਲਾਉਂਦੇ ਆ ਤੇ ਖਾਲਿਸਤਾਨ ਦੇ ਜਾਂ ਹੋਰਾਂ ਮੰਗਾਂ ਤੇ ਲੈ ਆਉਂਦੇ ਆ। ਸਾਡਾ ਜਿਹੜਾ ਮੇਨ ਕਿਸਾਨੀ ਮੁੱਦਾ ਉਹ ਤੋਂ ਭੜਕਾ ਰਹੇ ਆ ਜਿਹੜਾ ਸਾਨੂੰ ਅੱਜ ਮੀਡੀਆ ਤੇ ਵੀ ਦੋਖਿਆ ਨੈਸ਼ਨਲ ਮੀਡੀਆ ਤੇ ਸਾਡਾ ਸੋਸ਼ਲ ਮੀਡੀਆ ਨੇ ਬੜਾ ਸਾਥ ਦਿੱਤਾ ਪਰ ਨੈਸ਼ਨਲ ਮੀਡੀਆ ਤੇ ਵੀ ਸਾਨੂੰ ਬੜਾ ਤੇ ਸਾਨੂੰ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੇ ਵੀ ਬੜਾ ਦੋਖਿਆ। ਪਰ ਇਸ ਗੱਲ ਦੀ ਖੁਸ਼ੀ ਵੀ ਆ ਚਲੋ ਦੇਰ ਆਏ ਦਰੁਸਤ ਆਏ ਖਹਿਰਾ ਸਾਹਿਬ ਸਾਡੇ ਕੋਲ ਅੱਗੇ ਉੱਥੇ ਉਹਦਾ ਤਾਂ ਜ਼ਰੂਰ ਆਏ ਆ ਪਰ ਅੱਜ ਝੰਡੇ ਵਾਲੀ ਗੱਲ ਜਿਹੜੀ ਅੱਜ ਇਹਨਾਂ ਨੇ ਕਰਦੀ ਆ ਚਲੋ ਆਏ ਜ਼ਰੂਰ ਆ ਸਾਡੇ ਕੋਲ ਇੱਥੇ ਪਹੁੰਚੇ ਆ ਬੜੀ ਇਹ ਵੀ ਸ਼ਾਬਾਸ਼ ਆ ਵੀ 400 ਕਿਲੋਮੀਟਰ ਸਾਡੇ ਮਗਰ ਸਾਡਾ ਦੁੱਖ ਸਮਝ ਕੇ ਪਹੁੰਚੇ ਆ। ਪਰ ਜੇ ਕਿਤੇ ਸਾਡਾ ਸਾਰੇ ਦੇ ਸਾਰੇ ਇੱਕ ਦੋ ਐਮਐਲਏ ਸਾਡੇ ਉੱਥੇ 117 ਆ ਜਾਂਦੇ ਤੇ ਐਮਪੀ ਸਾਡੇ 13 ਦੇ 13 ਨਾਲ ਬਹਿ ਜਾਂਦੇ ਤੇ ਹੋ ਸਕਦਾ ਸਾਨੂੰ ਆ ਦਿੱਲੀ ਵਾਲਾ ਅਖਤਿਆਰ ਨਾ ਕਰਨਾ ਪੈਂਦਾ ਤੇ ਪਰ ਹੁਣ ਸਾਡੇ ਜਿਹੜਾ ਪੂਰਾ ਹਿੰਦੁਸਤਾਨ ਨਾਲ ਆ ਐਨਆਰਆਈ ਨਾਲ ਆ ਖਹਿਰਾ ਸਾਹਿਬ ਵਰਗੇ ਜਿਹੜੇ ਚੁਣੇ ਹੋਏ ਸਾਡੇ ਨੁਮਾਇੰਦੇ ਆ ਚਲੋ ਜੇ ਇਹਨਾਂ ਦੀ ਵੀ ਸਾਡੇ ਨਾਲ ਸਪੋਰਟ ਆ ਜਾਵੇ ਆਈ ਆ ਹੋਰ ਵੀ ਆਉਂਦੇ ਤੇ ਅੱਗੇ ਨਹੀਂ ਤਾਂ ਹੁਣ ਅਸੀਂ ਮੋਦੀ ਨੂੰ ਜ਼ਰੂਰ ਸਿਧੇਰਾ ਪਾਵਾਂਗੇ। ਇਹੀ ਸਾਡੀ ਬੇਨਤੀ ਆ ਵੀ ਜਿੱਥੇ ਸਾਡਾ ਅੱਗੇ ਚੱਲਿਆ ਸੋ ਵਧੀਆ ਸਾਡਾ ਸਾਥ ਹੋਵੇ ਸਾਡਾ ਏਕਾ ਬਣਿਆ ਰਹੇ ਤੇ ਅਸੀਂ ਆਪਣੀ ਜਿੱਤ ਵੱਲ ਵਧੀਏ। ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ। ਮੋਦੀ ਸਰਕਾਰ ਜਿੰਦਾਬਾਦ। ਕਿਸਾਨਾਂ ਦੀ ਮਾਰੂ ਸਰਕਾਰ ਜਿੰਦਾਬਾਦ। ਬਸ ਕੁਛ ਨਹੀਂ ਤੁਹਾਡਾ ਸਾਰਿਆਂ ਦਾ ਦੇਖਣ ਵਾਸਤੇ ਬਹੁਤ ਸ਼ੁਕਰੀਆ। ਸਿਰਫ ਦੱਸਣਾ ਸੀ ਕਿ ਜ਼ਮੀਨ ਤੇ ਕਿੰਨੀਆਂ ਔਕੜਾਂ ਕਿੰਨੀ ਮੁਸ਼ਕਲਾਂ ਦੇ ਬਾਵਜੂਦ ਪੰਜਾਬ ਦੇ ਬਹਾਦਰ ਔਰ ਬਲਕਿ ਹਰਿਆਣੇ ਦੇ ਲੋਕਾਂ ਨੇ ਵੀ ਹਰਿਆਣੇ ਦੇ ਕਿਸਾਨਾਂ ਨੇ ਬਹੁਤ ਸਾਥ ਦਿੱਤਾ। ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਇਹੀ ਉਮੀਦ ਕਰਦੇ ਹਾਂ ਕਿ ਜਿਹੜੀ ਅਨਐਲਾਨੀ ਐਮਰਜੈਂਸੀ ਲਈ ਆ ਸਾਡੇ ਉੱਤੇ ਇਹ ਜਿਹੜਾ ਗੁਲਾਮੀ ਦਾ ਜੂੜਾ ਪਾਉਣ ਨੂੰ ਫਿਰਦੀ ਮੋਦੀ ਦੀ ਸਰਕਾਰ ਇਹ ਖਤਮ ਕਰੇਗੀ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨ ਕੇ
शांतमई ढंग इना अपना अपना घर जाके अपना काम कर सकन। कोई भी नहीं चाहता अपने घरों बेघर होना। मोदी साहब इना दा बेघर होने दा तुसी निरादर ना करो, इना दा आदर करके इना दी मंगा मन के ते ए साडे जिहड़े किसान भरा ने इन्ने सैकड़े किलोमीटर चल के ताकि अपने वापस पंजाब शांतमई ढंग नाल पर सकन, पर जाना है इन्होंने अपनी गल्लां मना के ने। तुहाडा सारिआं दा बहुत बहुत धन्नवाद। वाहेगुरू जी का खालसा वाहेगुरू जी की फतह। सिख धर्म की हर गतिविधि अते गुरबाणी वास्ते हुणे सबसक्राइब करो गुरबाणी अखंड बाणी, अते नोटिफिकेशन वास्ते बैल नूं रिंग करो।